ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਨੇ। ਚੰਡੀਗੜ੍ਹ ਦੇ ਤਕਰੀਬਨ 400 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਮਿਤ ਸ਼ਾਹ ਦੇ ਵੱਲੋਂ ਕੀਤਾ ਜਾਏਗਾ। ਇਸ ਦੇ ਲਈ ਕਿਉਂਕਿ ਦੁਪਹਿਰ 2 ਵਜੇ ਦੇ ਕਰੀਬ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਰਹੇ ਨੇ, ਇਸ ਕਰਕੇ ਚੰਡੀਗੜ੍ਹ ਟ੍ਰੈਫਿਕ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਨ੍ਹਾਂ ਰਸਤਿਆਂ ਦੇ ਉੱਤੇ ਆਮ ਲੋਕ ਨਾ ਜਾਣ, ਇਸ ਕਰਕੇ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਜੇਕਰ ਜ਼ਰੂਰੀ ਹੈ ਤਾਂ ਹੀ ਚੰਡੀਗੜ੍ਹ ਦੇ ਵਿੱਚ ਤੁਸੀਂ ਘਰ ਤੋਂ ਬਾਹਰ ਨਿਕਲੋ, ਕੰਮ ਤੇ ਜਾਓ, ਕਿਉਂਕਿ ਤੁਸੀਂ ਟ੍ਰੈਫਿਕ ਦੇ ਵਿੱਚ ਫਸ ਸਕਦੇ ਹੋ। ਤਸਵੀਰਾਂ ਦੇ ਜ਼ਰੀਏ ਮੈਂ ਰਸਤਾ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗਾ। ਜਿਹੜੇ ਜਿਹੜੇ ਰਸਤੇ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਦੇ ਵੱਲੋਂ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ। ਇਹਨਾਂ ਵਿੱਚ ਉੱਤਰ ਮਾਰਗ ਰਜਿੰਦਰਾ ਪਾਰਕ ਸੈਕਟਰ 2-3 ਸਮਾਲ ਚੌਂਕ ਲੇਕ ਲਾਈਟ ਪੁਆਇੰਟ ਵਿਗਿਆਨ ਭਵਨ ਵਿਗਿਆਨ ਪਥ ਜਿਹੜਾ ਵੈ ਉੱਥੇ ਹੀਰਾ ਸਿੰਘ ਚੌਂਕ ਅਤੇ ਗੋਲਫ ਟਰਨ ਸੁਖਨਾ ਪਾਤ ਇਹ ਰਸਤੇ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਔਰ ਇੱਥੇ ਟ੍ਰੈਫਿਕ ਦੇ ਵਿੱਚ ਤੁਸੀਂ ਫਸ ਸਕਦੇ ਹੋ। ਇਸ ਤੋਂ ਇਲਾਵਾ ਸੁਖਨਾ ਪਾਤ ਤੋਂ ਇਲਾਵਾ ਜਿਹੜਾ ਸਰੋਵਰ ਪਾਤ ਹੈ ਉੱਥੇ ਉਹ ਰਸਤੇ ਵੀ ਡਾਇਵਰਟ ਜਿਹੜੇ ਨੇ ਉਹ ਕੀਤੇ ਗਏ ਨੇ, ਕਿਉਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਆਉਣਾ, ਵੱਖ ਵੱਖ ਜਿਹੜੇ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣੇ ਨੇ। ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਕਟਰ 26 ਇੱਥੇ ਅਮਿਤ ਸ਼ਾਹ ਜਿਹੜੇ ਨੇ ਉਹ ਪਹੁੰਚਣਗੇ ਔਰ ਇਸ ਕਾਲਜ ਦੇ ਵਿੱਚ ਪ੍ਰਸ਼ਾਸਨਿਕ ਬਲੋਕ ਸੀ, ਸੋਸਾਇਟੀ, ਇਸ ਤੋਂ ਇਲਾਵਾ ਵਰਕਸ਼ਾਪ ਬਲੋਕ ਅਤੇ ਕਈ ਸਾਰੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਅਮਿਤ ਸ਼ਾਹ ਦੇ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਜਾਏਗਾ, ਜਿਸ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ। ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਵੈ ਉਹ ਚੰਡੀਗੜ੍ਹ ਦੇ ਵਿੱਚ ਸ਼ੁਰੂ ਕੀਤਾ ਜਾਏਗਾ, ਕਿਉਂਕਿ ਸਾਈਬਰ ਦੇ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਦੇਸ਼ ਭਰ ਦੇ ਵਿੱਚ ਵੱਧਦੇ ਜਾ ਰਹੇ ਆ, ਆਮ ਲੋਕ ਜਿਹੜੇ ਨੇ ਸਾਈਬਰ ਦਾ ਸ਼ਿਕਾਰ ਹੁੰਦੇ ਨੇ। ਤਾਂ ਇਸ ਵਜ੍ਹਾ ਕਰਕੇ ਇੱਕ ਅਜਿਹਾ ਵਿੰਗ ਦੇਸ਼ ਦਾ ਪਹਿਲਾ ਅਜਿਹਾ ਵਿੰਗ ਹੋਏਗਾ ਜਿਸ ਦੇ ਨਾਲ ਦੇਸ਼ ਕਿਤੇ ਵੀ ਅਗਰ ਸਾਈਬਰ ਅਪਰਾਧ ਹੋ ਰਿਹਾ ਤਾਂ ਟੈਕਨੋਲੋਜੀ ਦੇ ਜ਼ਰੀਏ ਉਸ ਨੂੰ ਰੋਕਣ ਜਾਂ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਜਿਹੜੀ ਹੈ ਉਹ ਪੁਲਿਸ ਹੋਏਗੀ। ਤਾਂ ਅੱਜ ਚੰਡੀਗੜ੍ਹ ਦੇ ਵਿੱਚ ਤੁਸੀਂ ਆਉਣਾ ਜਾਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੋ ਤਾਂ ਟ੍ਰੈਫਿਕ ਦੇ ਵਿੱਚ ਤੁਸੀਂ ਫਸ ਸਕਦੇ ਹੋ, ਕਿਉਂਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਚੰਡੀਗੜ੍ਹ ਰਹਿਣਗੇ ਔਰ ਇਸ ਦੌਰਾਨ ਜਾਣਕਾਰੀ ਇਹ ਵੀ ਮਿਲੀ ਹੈ ਕਿ ਹਰਿਆਣਾ ਬੀਜੇਪੀ ਦੇ ਲੀਡਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਅਮਿਤ ਸ਼ਾਹ ਦੇ ਵੱਲੋਂ ਕੀਤੀ ਜਾ ਸਕਦੀ ਹੈ। ਗੀਤਾ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਅੱਜ ਸਮਾਰੋਹ ਚੱਲ ਰਿਹਾ ਉੱਥੋਂ ਦੀ ਸਿੱਧਾ ਚੰਡੀਗੜ੍ਹ ਦੇ ਵਿੱਚ ਪਹੁੰਚਣਗੇ ਔਰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤਕਰੀਬਨ 400 ਕਰੋੜ ਦੇ ਵੱਖ ਵੱਖ ਪ੍ਰੋਜੈਕਟ, ਜਿਸ ਦੇ ਵਿੱਚ 8 ਨਵੇਂ ਪ੍ਰੋਜੈਕਟ ਤੇ 3 ਨਵੇਂ ਪ੍ਰੋਜੈਕਟ ਦਾ ਸ਼ਿਲਾਨਿਆਸ ਜਿਹੜਾ ਵੈ ਉਹ ਅਮਿਤ ਸ਼ਾਹ ਦੇ ਵੱਲੋਂ ਕੀਤਾ ਜਾਏਗਾ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪੈ, ਨਿਊਜ਼ 18 ਚੰਡੀਗੜ੍ਹ। ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਨੇ। ਚੰਡੀਗੜ੍ਹ ਦੇ ਤਕਰੀਬਨ 400 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਮਿਤ ਸ਼ਾਹ ਦੇ ਵੱਲੋਂ ਕੀਤਾ ਜਾਏਗਾ। ਇਸ ਦੇ ਲਈ ਕਿਉਂਕਿ ਦੁਪਹਿਰ 2 ਵਜੇ ਦੇ ਕਰੀਬ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਰਹੇ ਨੇ, ਇਸ ਕਰਕੇ ਚੰਡੀਗੜ੍ਹ ਟ੍ਰੈਫਿਕ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਨ੍ਹਾਂ ਰਸਤਿਆਂ ਦੇ ਉੱਤੇ ਆਮ ਲੋਕ ਨਾ ਜਾਣ, ਇਸ ਕਰਕੇ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਜੇਕਰ ਜ਼ਰੂਰੀ ਹੈ ਤਾਂ ਹੀ ਚੰਡੀਗੜ੍ਹ ਦੇ ਵਿੱਚ ਤੁਸੀਂ ਘਰ ਤੋਂ ਬਾਹਰ ਨਿਕਲੋ, ਕੰਮ ਤੇ ਜਾਓ, ਕਿਉਂਕਿ ਤੁਸੀਂ ਟ੍ਰੈਫਿਕ ਦੇ ਵਿੱਚ ਫਸ ਸਕਦੇ ਹੋ। ਤਸਵੀਰਾਂ ਦੇ ਜ਼ਰੀਏ ਮੈਂ ਰਸਤਾ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗਾ। ਜਿਹੜੇ ਜਿਹੜੇ ਰਸਤੇ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਦੇ ਵੱਲੋਂ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ। ਇਨ੍ਹਾਂ ਵਿੱਚ ਉੱਤਰ ਮਾਰਗ ਰਜਿੰਦਰਾ ਪਾਰਕ ਸੈਕਟਰ 2-3 ਸਮਾਲ ਚੌਂਕ ਲੇਕ ਲਾਈਟ ਪੁਆਇੰਟ ਵਿਗਿਆਨ ਭਵਨ ਵਿਗਿਆਨ ਪਥ ਜਿਹੜਾ ਵੈ ਉੱਥੇ ਹੀਰਾ ਸਿੰਘ ਚੌਂਕ ਅਤੇ ਗੋਲਫ ਟਰਨ ਸੁਖਨਾ ਪਾਤ ਇਹ ਰਸਤੇ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਔਰ ਇੱਥੇ ਟ੍ਰੈਫਿਕ ਦੇ ਵਿੱਚ ਤੁਸੀਂ ਫਸ ਸਕਦੇ ਹੋ। ਇਸ ਤੋਂ ਇਲਾਵਾ ਸੁਖਨਾ ਪਾਤ ਤੋਂ ਇਲਾਵਾ ਜਿਹੜਾ ਸਰੋਵਰ ਪਾਤ ਹੈ ਉੱਥੇ ਉਹ ਰਸਤੇ ਵੀ ਡਾਇਵਰਟ ਜਿਹੜੇ ਨੇ ਉਹ ਕੀਤੇ ਗਏ ਨੇ, ਕਿਉਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਆਉਣਾ, ਵੱਖ ਵੱਖ
ਜਿਹੜੇ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣੇ ਨੇ। ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਕਟਰ 26 ਇੱਥੇ ਅਮਿਤ ਸ਼ਾਹ ਜਿਹੜੇ ਨੇ ਉਹ ਪਹੁੰਚਣਗੇ ਔਰ ਇਸ ਕਾਲਜ ਦੇ ਵਿੱਚ ਪ੍ਰਸ਼ਾਸਨਿਕ ਬਲਾਕ ਸੀ ਸੋਸਾਇਟੀ ਇਸ ਤੋਂ ਇਲਾਵਾ ਵਰਕਸ਼ਾਪ ਬਲਾਕ ਅਤੇ ਕਈ ਸਾਰੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਅਮਿਤ ਸ਼ਾਹ ਦੇ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਜਾਏਗਾ ਜਿਸ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਵੈ ਉਹ ਚੰਡੀਗੜ੍ਹ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਕਿਉਂਕਿ ਸਾਈਬਰ ਦੇ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਦੇਸ਼ ਭਰ ਦੇ ਵਿੱਚ ਵੱਧਦੇ ਜਾ ਰਹੇ ਆ, ਆਮ ਲੋਕ ਜਿਹੜੇ ਨੇ ਸਾਈਬਰ ਦਾ ਸ਼ਿਕਾਰ ਹੁੰਦੇ ਨੇ, ਤਾਂ ਇਸ ਵਜ੍ਹਾ ਕਰਕੇ ਇੱਕ ਅਜਿਹਾ ਵਿੰਗ ਦੇਸ਼ ਦਾ ਪਹਿਲਾ ਅਜਿਹਾ ਵਿੰਗ ਹੋਏਗਾ ਜਿਸ ਦੇ ਨਾਲ ਦੇਸ਼ ਕਿਤੇ ਵੀ ਅਗਰ ਸਾਈਬਰ ਅਪਰਾਧ ਹੋ ਰਿਹਾ ਤਾਂ ਟੈਕਨੋਲੋਜੀ ਦੇ ਜ਼ਰੀਏ ਉਸ ਨੂੰ ਰੋਕਣ ਜਾਂ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਜਿਹੜੀ ਹੈ ਉਹ ਪੁਲਿਸ ਹੋਏਗੀ। ਤਾਂ ਅੱਜ ਚੰਡੀਗੜ੍ਹ ਦੇ ਵਿੱਚ ਤੁਸੀਂ ਆਉਣਾ ਜਾਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੋ ਤਾਂ ਟ੍ਰੈਫਿਕ ਦੇ ਵਿੱਚ ਤੁਸੀਂ ਫਸ ਸਕਦੇ ਹੋ ਕਿਉਂਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਚੰਡੀਗੜ੍ਹ ਰਹਿਣਗੇ ਔਰ ਇਸ ਦੌਰਾਨ ਜਾਣਕਾਰੀ ਇਹ ਵੀ ਮਿਲੀ ਹੈ ਕਿ ਹਰਿਆਣਾ ਬੀਜੇਪੀ ਦੇ ਲੀਡਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਅਮਿਤ ਸ਼ਾਹ ਦੇ ਵੱਲੋਂ ਕੀਤੀ ਜਾ ਸਕਦੀ ਹੈ। ਗੀਤਾ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਅੱਜ ਸਮਾਰੋਹ ਚੱਲ ਰਿਹਾ ਉੱਥੋਂ ਦੀ ਸਿੱਧਾ ਚੰਡੀਗੜ੍ਹ ਦੇ ਵਿੱਚ ਪਹੁੰਚਣਗੇ ਔਰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤਕਰੀਬਨ 400 ਕਰੋੜ ਦੇ ਵੱਖ ਵੱਖ ਪ੍ਰੋਜੈਕਟ ਜਿਸ ਦੇ ਵਿੱਚ 8 ਨਵੇਂ ਪ੍ਰੋਜੈਕਟ ਤੇ 3 ਨਵੇਂ ਪ੍ਰੋਜੈਕਟ ਦਾ ਸ਼ਿਲਾਨਿਆਸ ਜਿਹੜਾ ਵੈ ਉਹ ਅਮਿਤ ਸ਼ਾਹ ਦੇ ਵੱਲੋਂ ਕੀਤਾ ਜਾਏਗਾ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪੈ ਨਿਊਜ਼ 18 ਚੰਡੀਗੜ੍ਹ।